हां जी 사ਸਰੀਕਾਲ ਦੋਸਤੋ ਅੱਜ ਆਪਾਂ ਪਹੁੰਚੇ ਆਂ ਸ਼ਰੀਫ ਫਤੇਗੜ ਸਾਹਿਬ ਤੇ ਉਹਨਾਂ ਦੇ ਨਾਲ ਹੀ ਨਜ਼ਦੀਕ ਦੇ ਪਿੰਡ ਦੇ ਵਿੱਚ ਪੈਂਦੀ ਹੈ ਇੱਕ ਹਵੇਲੀ ਜਿਸ ਨੂੰ ਜਹਾਜ਼ ਹਵੇਲੀ ਵੀ ਕਿਹਾ ਜਾਂਦਾ ਹੈ ਇਸ ਹਵੇਲੀ ਦੇ ਮਾਲਕ ਹੁੰਦੇ ਸਨ ਦਿਵਾਨ ਟੋਡਰਮਲ ਜੀ ਦਿਵਾਨ ਟੋਡਰਮਲ ਜੀ ਬਾਰੇ ਲਗਭਗ ਸਾਰਿਆਂ ਨੂੰ ਪਤਾ ਹੀ ਹੈ ਜੇਕਰ ਫੇਰ ਵੀ ਨਹੀਂ ਪਤਾ ਹੈ ਤਾਂ ਇੱਕ ਛੋਟੀ ਜੀ ਜਾਣਕਾਰੀ ਦੇਣਾ ਚਾਹਵਾਂਗਾ ਦਿਵਾਨ ਟੋਡਰਮਲ ਜੀ ਅਕਾਊਂਟੈਂਟ ਦਾ ਕੰਮ ਕਰਦੇ ਸੀ ਵਜ਼ੀਰ ਖਾਨ ਦੇ ਦਰਬਾਰ ਦੇ ਵਿੱਚ ਜਦੋਂ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ ਛੋਟੇ ਸਹਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਤੇ ਉਹਨਾਂ ਦੇ ਵਿਯੋਗ ਦੇ ਵਿੱਚ ਮਾਤਾ ਗੁਜਰੀ ਜੀ ਵੀ ਆਪਣੇ ਪ੍ਰਾਣ ਤਿਆਗ ਚੁੱਕੇ ਸੀ ਤਾਂ ਉਹਨਾਂ ਦੇ ਸੰਸਕਾਰ ਦੇ ਲਈ ਕੁਝ ਸ਼ਰਤਾਂ ਰੱਖੀਆਂ ਸਨ ਵਜ਼ੀਰ ਖਾਨ ਨੇ ਵਜ਼ੀਰ ਖਾਨ ਨੇ ਉਹਨਾਂ ਦੇ ਸੰਸਕਾਰ ਕਰਨ ਲਈ ਕਿਤੇ ਵੀ ਕੋਈ ਜਗ੍ਹਾ ਨਹੀਂ ਦਿੱਤੀ ਸੀ ਤਾਂ ਉਸ ਸਮੇਂ ਦੀਵਾਨ ਟੋਡਰਮਲ ਜੀ ਨੇ ਆਪਣਾ ਸਾਰਾ ਕੁਝ ਵੇਚ-ਬਟ ਕੇ ਜ਼ਿੰਦਗੀ ਭਰ ਦੀ ਜਿੰਨੀ ਕਮਾਈ ਸੀ ਵਜ਼ੀਰ ਖਾਨ ਨੂੰ ਅਸ਼ਰਫੀਆਂ ਦੇ ਰੂਪ ਦੇ ਵਿੱਚ ਦੇ ਕੇ ਕੁਝ ਜਗ੍ਹਾ ਖਰੀਦੀ ਸੀ ਜਿੱਥੇ ਮਾਤਾ ਗੁਜਰੀ ਜੀ ਦੇ ਨਾਲ-ਨਾਲ ਦੋ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਸੀ ਉਹ ਜਗ੍ਹਾ ਦੁਨੀਆ ਦੀ ਅੱਜ ਵੀ ਸਭ ਤੋਂ ਮਹਿੰਗੀ ਜਗ੍ਹਾ ਹੈ ਉੱਥੇ ਅੱਜ ਵੀ ਇੱਕ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਜਿਸ ਦਾ ਨਾਮ ਹੈ ਜੋਤੀ ਸਰੂਪ ਗੁਰਦੁਆਰਾ ਸਾਹਿਬ ਸੋ ਉਸ ਦੋ ਗੱਜ ਜ਼ਮੀਨ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਹਿਬਜ਼ਾਦਿਆਂ ਦਾ ਸੰਸਕਾਰ ਹੋਇਆ ਸੀ ਉਸ ਨੂੰ ਖਰੀਦਿਆ ਸੀ ਦੀਵਾਨ ਟੋਡਰਮਲ ਜੀ ਨੇ ਸੋ ਦੀਵਾਨ ਟੋਡਰਮਲ ਜੀ ਦੀ ਸਿੱਖ ਇਤਿਹਾਸ ਦੇ ਵਿੱਚ ਬਹੁਤ ਖਾਸ ਜਗ੍ਹਾ ਹੈ ਸਿੱਖ ਇਤਿਹਾਸ ਦੇ ਵਿੱਚ ਉਹਨਾਂ ਦਾ ਆਪਣਾ ਇੱਕ ਵजूद ਇੱਕ ਨਾਮ ਹੈ ਇਹ ਹਵੇਲੀ ਉਹਨਾਂ ਨੂੰ ਹੀ ਬਿਲੋਂਗ ਕਰਦੀ ਹੈ ਦੋਸਤੋ ਇਸ ਹਵੇਲੀ ਦੀ ਹਾਲਤ ਪਹਿਲਾਂ ਬਹੁਤ ਜ਼ਿਆਦਾ ਖਸਤਾ ਸੀ ਜਦੋਂ ਵੀ ਸੰਗਤ ਇਸ ਹਵੇਲੀ ਦੇ ਦਰਸ਼ਨਾਂ ਦੇ ਲਈ ਆਉਂਦੀ ਸੀ ਤਾਂ ਹਮੇਸ਼ਾ মিডিਆ ਸੋਸ਼ਲ ਮੀਡੀਆ ਰਾਹੀਂ ਇਸ ਨੂੰ ਸੰਭਾਲਣ ਇਸ ਨੂੰ ਠੀਕ ਕਰਨ ਤੇ ਇਸ ਨੂੰ ਸੰਭਾਲ ਕੇ ਰੱਖਣ ਦੀ ਗੱਲਬਾਤ ਹਮੇਸ਼ਾ ਹੁੰਦੀ ਰਹਿੰਦੀ ਸੀ ਪਰ ਹਮੇਸ਼ਾ ਹੀ ਸਾਨੂੰ ਨਕਾਮੀ ਦਾ ਸਾਹਮਣਾ ਕਰਨਾ ਪੈਂਦਾ ਸੀ ਪਰ ਹੁਣ ਇਸ ਸਾਲ ਇੱਕ ਸਭਾ ਦੇ ਦੌਰਾਨ ਸੰਸਥਾ ਬਣਾਈ ਗਈ ਸੀ ਜਿਨ੍ਹਾਂ ਨੂੰ ਜ਼ਿੰਮੇਵਾਰੀ ਦਿੱਤੀ ਗਈ ਸੀ ਇਸ ਹਵੇਲੀ ਨੂੰ ਸੰਭਾਲਣ ਦੇ ਲਈ ਸੋ ਉਸ ਸੰਸਥਾ ਨੇ ਹੁਣ ਇੱਥੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ ਤੇ ਜਿਹੜਾ ਹੁਣ ਨਜ਼ਰ ਵੀ ਆ ਰਿਹਾ ਹੈ ਜੇਕਰ ਤੁਸੀਂ ਪਹਿਲਾਂ ਕਦੇ ਇਸ ਹਵੇਲੀ ਨੂੰ ਦੇਖਣ ਦੇ ਲਈ ਆਏ ਹੋਵੋਗੇ ਤਾਂ ਤੁਸੀਂ ਦੇਖਿਆ ਹੋਣਾ ਇਸ ਦੇ ਚਾਰੇ ਪਾਸੇ ਬਹੁਤ ਵੱਡਾ-ਵੱਡਾ ਘਾਹ ਉੱਗਿਆ ਹੁੰਦਾ ਸੀ ਸਾਰਾ ਫਲੋਰ ਮਿੱਟੀ ਦੇ ਨਾਲ ਭਰ ਚੁੱਕਾ ਸੀ ਸਾਰਾ ਫਰਸ਼ ਮਿੱਟੀ ਦੇ ਨਾਲ ਦਬ ਚੁੱਕਾ ਸੀ ਜਿਹੜਾ ਬਾਹਰ ਤਹਿ ਖਾਨਾ ਹੈ ਉਹ ਵੀ ਮਿੱਟੀ ਦੇ ਨਾਲ ਪੂਰੀ ਤਰ੍ਹਾਂ ਦੇ ਨਾਲ ਟੱਕ ਚੁੱਕਿਆ ਸੀ ਤੇ ਇਮਾਰਤ ਦਿਨ ਪਰ ਦਿਨ ਹੋਰ ਖਸਤਾ ਹੁੰਦੀ ਜਾ ਰਹੀ ਸੀ ਸਮੇ ਸਮੇਂ ਦੇ ਉੱਪਰ ਸੰਗਤਾਂ ਦੇ ਵਿੱਚ ਹਮੇਸ਼ਾ ਰੋਸ ਤੇ ਵਿਰਾਗ ਦੇਖਣ ਨੂੰ ਮਿਲਦਾ ਸੀ ਕਿ ਇਸ ਨੂੰ ਸੰਭਾਲਣ ਵਾਲਾ ਕੋਈ ਵੀ ਨਹੀਂ ਬਚਿਆ ਹੈ ਸੋ ਹੁਣ ਉਹਨਾਂ ਸਾਰੀ ਸੰਗਤ ਨੂੰ ਵਧਾਈ ਹੋਵੇ ਤੇ ਸਾਰੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਦੀ ਸਫਾਈ ਹੋਣੀ ਤੇ ਇਸ ਦੀ ਸਾਂਭ ਸੰਭਾਲ ਹੋਣੀ ਸ਼ੁਰੂ ਹੋ ਚੁੱਕੀ ਹੈ ਸੋ ਦੋਸਤੋ ਆਓ ਤੁਹਾਨੂੰ ਕਰਵਾਉਂਦੇ ਹਾਂ ਦਰਸ਼ਨ ਇਸ ਪੂਰੀ ਹਵੇਲੀ ਦੇ ਤੇ ਕਿਵੇਂ ਇਸ ਦੇ ਵਿੱਚ ਚੇਂਜਸ ਆਏ ਉਹ ਵੀ ਤੁਹਾਨੂੰ ਪੂਰੀ ਜਾਣਕਾਰੀ ਇਸ ਵੀਡੀਓ ਰਾਹੀਂ ਸ਼ੇਅਰ ਕਰਾਂਗੇ ਸੋ ਦੋਸਤੋ ਸਭ ਤੋਂ ਪਹਿਲਾਂ ਗੱਲ ਕਰੀਏ ਸ਼੍ਰੋਮਣੀ ਕਮੇਟੀ ਦੇ ਸਹਿਯੋਗ ਦੇ ਨਾਲ ਦਿਵਾਨ ਢੋਡਰਮਲ ਵਿਰਾਸਤੀ ਫਾਊਂਡੇਸ਼ਨ ਪੰਜਾਬ ਦਾ ਗਠਨ ਕੀਤਾ ਗਿਆ ਸੀ ਇਸ ਨੂੰ ਸੰਭਾਲਣ ਦੇ ਲਈ ਜੋ ਕਿ ਇੰਡੀਆ ਅਤੇ ਕੈਨੇਡਾ ਦੋਨਾਂ ਜਗ੍ਹਾ ਤੋਂ ਆਪਰੇਟ ਹੋ ਰਹੀ ਹੈ ਇੱਥੇ ਉਹ ਸਾਰੀਆਂ ਫੋਟੋਆਂ ਲਗਾਈਆਂ ਗਈਆਂ ਹਨ ਕਿ ਪਹਿਲਾਂ ਉਸ ਦੀ ਦਿੱਖ ਕਿਹੋ ਜਿਹੀ ਸੀ ਤੇ ਉਸ ਨੂੰ ਬਾਅਦ ਚ ਕਿਹੋ ਜਿਹੀ ਦਿੱਖ ਦੇ ਵਿੱਚ ਰੱਖਿਆ ਗਿਆ ਹੈ ਕੁਝ-ਕੁਝ ਚੇਂਜੇਸ ਕੀਤੇ ਗਏ ਹਨ ਜਿਵੇਂ ਕੰਧਾਂ ਤੇ ਘਾਸੀ ਕੁਝ ਚੀਜ਼ਾਂ ਟੁੱਟ ਚੁੱਕੀਆਂ ਸੀ ਕੁਝ ਚੀਜ਼ਾਂ ਟੁੱਟ ਰਹੀਆਂ ਸਨ ਉਹਨਾਂ ਨੂੰ ਸੰਭਾਲ ਕੇ ਉਹਨਾਂ ਦੀ ਰੈਨੋਵੇਸ਼ਨ ਵੀ ਕੀਤੀ ਗਈ ਹੈ ਤੇ ਥੋੜੀ ਸਾਫ ਸਫਾਈ ਵੀ ਕੀਤੀ ਗਈ ਹੈ ਉਹ ਇਹਨਾਂ ਫੋਟੋਆਂ ਦੇ ਵਿੱਚ ਦਰਸਾਇਆ ਗਿਆ ਹੈ ਕਿ ਪਹਿਲਾਂ ਉਹ ਕਿਵੇਂ ਲੱਗਦੀ ਸੀ ਤੇ ਹੁਣ ਉਹ ਦੇਖਣ ਦੇ ਵਿੱਚ ਕਿਹੋ ਜਿਹੀ ਲੱਗ ਰਹੀ ਹੈ ਜਿੱਥੇ ਇੱਕ ਪਾਸੇ ਇਸ ਸੰਸਥਾ ਦਾ ਗਠਨ ਕੀਤਾ ਗਿਆ ਹੈ ਐਸਜੀਪੀਸੀ ਦੇ ਸਹਿਯੋਗ ਦੇ ਨਾਲ ਉੱਥੇ ਹੀ ਮਾਨਯੋਗ ਹਾਈ ਕੋਰਟ ਨੇ ਇੱਕ ਨੋਟਿਸ ਵੀ ਜਾਰੀ ਕੀਤਾ ਹੈ ਕਿ ਇਹ ਇਮਾਰਤ ਵਿਰਾਸਤੀ ਹੈ ਤੇ ਇਸ ਦਾ ਨੁਕਸਾਨ ਪਹੁੰਚਾਉਣ ਵਾਲੇ ਨੂੰ ਜਾਂ ਇਸ ਨੂੰ ਕੁਝ ਵੀ ਛੋਟੀ ਮੋਟੀ ਵੀ ਅਗਰ ਕੋਈ ਤੋੜਪੁਨ ਕਰਦਾ ਹੈ ਤਾਂ ਉਸ ਦੇ ਉੱਪਰ ਸਖਤ ਕਾਰਵਾਈ ਕੀਤੀ ਜਾਵੇਗੀ ਸੋ ਦੋਸਤੋ ਬਹੁਤੀਆਂ ਗੱਲਾਂ ਨਾ ਕਰਦੇ ਹੋਏ ਆਪਾਂ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਇਸ ਹਵੇਲੀ ਦੇ ਇਸ ਹਵੇਲੀ ਦੇ ਆਪਾਂ ਬੈਕਗ੍ਰਾਉਂਡ ਤੋਂ ਸ਼ੁਰੂ ਕਰ ਰਹੇ ਹਾਂ ਸਭ ਤੋਂ ਪਹਿਲਾਂ ਇਹ ਨਜ਼ਰ ਆ ਰਿਹਾ ਹੈ ਜੋ ਕਮਰਾ ਬਿਲਕੁਲ ਟੱਟ ਚੁੱਕਿਆ ਹੈ ਕੰਧਾਂ ਖੜੀਆਂ ਨੇ ਇਹ ਦੀਵਾਨ ਟੋਡਰਮਲਜੀਤ ਦੇ ਸਰਵੰਟ ਦਾ ਰੂਮ ਸੀ ਜੋ ਕਿ ਉਹਨਾਂ ਦੇ ਲਈ ਖਾਣਾ ਵੀ ਬਣਾਇਆ ਕਰਦਾ ਸੀ ਇਸ ਗਲੀ ਚੋਂ ਥੋੜਾ ਜਿਹਾ ਆਪਾਂ ਅੰਦਰ ਜਾਈਏ ਤਾਂ ਇਹ ਉੱਪਰ ਦੀਵਾਰ ਦੇ ਵਿੱਚ ਹੁਣ ਥੋੜੇ ਥੋੜੇ ਐਂਗਲ ਪਾਏ ਗਏ ਨੇ ਇਹਨਾਂ ਦਾ ਮੇਨ ਕਾਰਨ ਹੈ ਕਿ ਇਹ ਦੀਵਾਰਾਂ ਅਤੇ ਛੱਤਾਂ ਹੌਲੀ ਹੌਲੀ ਭੁਰ ਰਹੀਆਂ ਸਨ ਉਹਨਾਂ ਨੂੰ ਰੋਕਣ ਦੇ ਲਈ ਹੀ ਇਸ ਐਂਗਲਾਂ ਦੀ ਵਰਤੋਂ ਕੀਤੀ ਜਾ ਰਹੀ ਹੈ ਸੋ ਜਿਵੇਂ ਹੀ ਆਪਾਂ ਉਸ ਕਮਰੇ ਤੋਂ ਅੰਦਰ ਵੜਦੇ ਹਾਂ ਤਾਂ ਸਾਹਮਣੇ ਹੀ ਸਾਨੂੰ ਨਜ਼ਰ ਆਵੇਗਾ ਇੱਕ ਉਸ ਸਮੇਂ ਦਾ ਡਰੇਨੇਜ ਪਾਈਪ ਜਿਸ ਦੇ ਰਾਹੀਂ ਇਸ ਹਵੇਲੀ ਦਾ ਪਾਣੀ ਬਾਹਰ ਨਿਕਲਦਾ ਸੀ ਤੇ ਇਹ ਸਾਹਮਣੇ ਹੀ ਟੋਡਰਮਲ ਸਾਹਿਬ ਜੀ ਦੀ ਰਸੋਈ ਹੈ ਜਿਸ ਦੇ ਵਿੱਚ ਖਾਣਾ ਪਾਣੀ ਬਣਾਇਆ ਜਾਂਦਾ ਸੀ ਤੇ ਇਸ ਦੇ ਨਾਲ ਨਾਲ ਪਿੱਛੇ ਇੱਕ ਚਪੱਚਾ ਵੀ ਬਣਿਆ ਹੋਇਆ ਹੈ ਤੇ ਨਾਲ ਇੱਕ ਦੀਵਾਨ ਵੀ ਬਣਿਆ ਹੋਇਆ ਹੈ ਤੇ ਕੁਝ ਆਲੇ ਵੀ ਬਣੇ ਹੋਏ ਹਨ ਇਸ ਹੀ ਰਸੋਈ ਦੇ ਵਿੱਚ ਪਹਿਲਾਂ ਇੱਥੇ ਤੱਕ ਕਿਸੇ ਦੀ ਵੀ ਕੋਈ ਐਂਟਰੀ ਨਹੀਂ ਸੀ ਦੀਵਾਰਾਂ ਬਿਲਕੁਲ ਖਰਾਬ ਹੋ ਚੁੱਕੀਆਂ ਸੀ ਇਹ ਬਿਲਡਿੰਗ ਕਦੇ ਵੀ ਕਿਸੇ ਵੀ ਵਕਤ ਡਿੱਗ ਸਕਦੀ ਸੀ ਪਰ ਹੁਣ ਥੋੜੀ-ਥੋੜੀ ਇਹਨਾਂ ਨੇ ਰੈਨੋਵੇਸ਼ਨ ਕਰਕੇ ਇਸ ਨੂੰ ਠੀਕ ਢੰਗ ਦੇ ਨਾਲ ਲੋਕਾਂ ਦੇ ਲਈ ਖੋਲ੍ਹਿਆ ਹੈ ਸਿਰਫ ਹਜੇ ਗਰਾਊਂਡ ਫਲੋਰ ਦੇ ਲਈ ਸੋ ਦੋਸਤੋ ਇਹ ਹੈ ਅਲਮਾਰੀ ਅਲਮਾਰੀ ਇੱਥੇ ਰੱਖੀ ਗਈ ਹੋਵੇਗੀ ਜਾਂ ਇਸੇ ਨੂੰ ਹੀ ਅਲਮਾਰੀ ਬਣਾਇਆ ਹੋਵੇਗਾ ਕੋਈ ਜਾਣਕਾਰੀ ਨਹੀਂ ਹੈ ਪਰ ਇੱਥੇ ਸਿਰਫ ਇੰਨਾ ਹੀ ਲਿਖਿਆ ਹੈ ਕਿ ਇਹ ਉਸ ਸਮੇਂ ਦੀ ਰਸੋਈ ਦੇ ਵਿੱਚ ਯੂਜ਼ ਹੋਣ ਵਾਲੀ ਅਲਮਾਰੀ ਹੈ ਇਸ ਦੇ ਬਿਲਕੁਲ ਹੀ ਉਹ ਸਾਹਮਣੇ ਜਿੱਥੇ ਨਿਸ਼ਾਨ ਲਗਾਇਆ ਹੋਇਆ ਹੈ ਉਸ ਦੇ نیچے ਚੁੱਲ੍ਹੇ ਬਣਾਏ ਗਏ ਸਨ ਇਹ ਸਾਹਮਣੇ ਚਿਮਣੀ ਹੈ ਜਿੱਥੋਂ ਇਸ ਰਸੋਈ ਦਾ ਧੂੰਆਂ ਬਾਹਰ ਜਾਂਦਾ ਸੀ ਇਸ ਤੋਂ ਇਲਾਵਾ ਰਸੋਈ ਦੇ ਬਿਲਕੁਲ ਨਾਲ ਹੀ ਇਹ ਪਾਣੀ ਦਾ ਤਪੱਚਾ ਵੀ ਬਣਿਆ ਹੋਇਆ ਹੈ ਜਿਸ ਦੇ ਵਿੱਚ ਪਾਣੀ ਨੂੰ ਇਕੱਠਾ ਕਰਕੇ ਰੱਖਿਆ ਜਾਂਦਾ ਸੀ ਸੋ ਇਹ ਸਾਰੀ ਜਾਣਕਾਰੀ ਦੇ ਬਾਰੇ ਇਸ ਅਵੇਲੀ ਦੇ ਵਿੱਚ ਅਲੱਗ-ਅਲੱਗ ਥਾਵਾਂ ਤੇ ਪੋਸਟਰ ਲਗਾ ਦਿੱਤੇ ਗਏ ਹਨ ਤਾਂ ਕਿ ਸੰਗਤ ਨੂੰ ਦੇਖਣ ਅਤੇ ਸਮਝਣ ਦੇ ਵਿੱਚ ਆਸਾਨੀ ਹੋਵੇ ਸੋ ਦੋਸਤੋ ਜਿਵੇਂ ਹੀ ਆਪਾਂ ਰਸੋਈ ਤੋਂ ਬਾਹਰ ਨਿਕਲਦੇ ਹਾਂ ਉੱਥੇ ਹਜੇ ਜਿਹੜੇ ਅਗਲੇ ਕਮਰੇ ਬਣੇ ਹੋਏ ਸੀ ਜਾਂ ਹਾਲ ਬਣੇ ਹੋਏ ਸੀ ਉਹਨਾਂ ਦੇ ਵਿੱਚੋਂ ਮਿੱਟੀ ਕੱਢਣ ਦਾ ਕੰਮ ਹਜੇ ਚੱਲ ਰਿਹਾ ਹੈ ਤੇ ਜਿੱਥੋਂ ਜਿੱਥੋਂ ਇਹ ਇਮਾਰਤ ਟੁੱਟੀ ਹੋਈ ਹੈ ਉਸ ਨੂੰ ਰੈਨੋਵੇਟ ਵੀ ਕੀਤਾ ਜਾਵੇਗਾ ਪਹਿਲੀ ਮੰਜ਼ਲ ਤੇ ਦੂਜੀ ਮੰਜ਼ਲ ਦੇ ਉੱਪਰ ਹਜੇ ਜਾਣਾ ਅਲਾਉਡ ਨਹੀਂ ਹੋਇਆ ਹੈ ਕਿਉਂਕਿ ਉੱਥੇ ਛੱਤਾਂ ਜਿਹੜੀਆਂ ਨੇ ਭੁਰ ਰਹੀਆਂ ਨੇ ਤੇ ਉਹਦਾ ਕੰਮ ਹੋਣਾ ਹਜੇ ਬਾਕੀ ਹੈ ਕੁੱਲ ਮਿਲਾ ਕੇ ਪਹਿਲਾਂ ਜਦੋਂ ਤੁਸੀਂ ਇਸ ਨੂੰ ਦੇਖਿਆ ਹੋਵੇਗਾ ਤੇ ਜਦੋਂ ਤੁਸੀਂ ਹੁਣ ਇਸ ਨੂੰ ਦੇਖੋਗੇ ਤਾਂ ਤੁਹਾਨੂੰ ਜ਼ਮੀਨ ਆਸਮਾਨ ਦਾ ਫਰਕ ਨਜ਼ਰ ਆਵੇਗਾ ਮੈਂ ਤਕਰੀਬਨ 2 ਤੋਂ 2.5 ਸਾਲ ਪਹਿਲਾਂ ਸ਼ਾਇਦ ਦੇਖਿਆ ਸੀ ਇੱਥੇ ਆ ਕੇ ਤਾਂ ਉਸ ਸਮੇਂ ਇਸ ਦੀ ਹਾਲਤ ਬਹੁਤ ਜ਼ਿਆਦਾ ਖਸਤਾ ਸੀ ਇਸ ਹਵੇਲੀ ਦੀ ਸਾਮ ਸੰਭਾਲ ਕਰਨ ਦੇ ਪ੍ਰੋਸੈਸ ਦੇ ਵਿੱਚ ਸਭ ਤੋਂ ਪਹਿਲਾ ਮਕਸਦ ਸੀ ਕਿ ਇਸ ਦੀ ਸਫਾਈ ਕੀਤੀ ਜਾਵੇ ਇਸ ਦੇ ਆਲੇ ਦੁਆਲੇ ਜਿੰਨਾ ਵੀ ਘਾਹ ਫੂਸ ਉੱਗਿਆ ਸੀ ਉਸ ਨੂੰ ਕੱਟ ਕੇ ਬਾਹਰ ਸੁੱਟਿਆ ਜਾਵੇ ਤੇ ਜੋ ਇਸ ਹਵੇਲੀ ਦਾ ਫਲੋਰ ਜਾਨੀ ਕਿ ਫਰਸ਼ ਨੂੰ ਦਿਖਾਉਣ ਦੇ ਲਈ ਜੋ ਮਿੱਟੀ गिर ਚੁੱਕੀ ਸੀ ਉਸ ਨੂੰ ਚੁੱਕ ਕੇ ਵੀ ਬਾਹਰ ਸੁੱਟਿਆ ਜਾਵੇ ਸੋ ਸਫਾਈ ਵੀ ਹੋ ਚੁੱਕੀ ਹੈ ਤੇ ਮਿੱਟੀ ਚੁੱਕੀ ਜਾ ਰਹੀ ਹੈ ਨਾਲ ਦੀ ਨਾਲ ਥੋੜਾ ਬਹੁਤ ਇਮਾਰਤ ਨੂੰ ਮਜ਼ਬੂਤੀ ਦੇਣ ਦੇ ਲਈ ਰੈਨੋਵੇਸ਼ਨ ਵੀ ਹੋ ਰਹੀ ਹੈ ਕੰਮ ਕਾਫੀ ਸਪੀਡ ਦੇ ਨਾਲ ਹੋ ਰਿਹਾ ਹੈ ਤਕਰੀਬਨ ਇੱਥੇ 50 ਤੋਂ 60 ਲੇਬਰ ਲੱਗੀ ਹੋਈ ਹੈ ਮਿਸਤਰੀਆਂ ਦੇ ਨਾਲ ਤਾਂ ਕਿ ਇਸ ਦਾ ਕੰਮ ਜਲਦ ਤੋਂ ਜਲਦ ਨਿਪਟਾ ਕੇ ਇਸ ਨੂੰ ਆਮ ਸੰਗਤ ਦੇ ਲਈ ਖੋਲ ਦਿੱਤਾ ਜਾਵੇ ਸੋ ਕਹਿਣ ਦਾ ਭਾਵ ਜੇਕਰ ਤੁਸੀਂ ਫਿਲਹਾਲ ਕੁਝ ਦਿਨਾਂ ਦੇ ਵਿੱਚ ਹੀ ਇੱਥੇ ਆਉਂਦੇ ਹੋ ਤਾਂ ਤੁਹਾਨੂੰ ਸਿਰਫ ਗ્રાਉਂਡ ਫਲੋਰ ਤੱਕ ਹੀ ਦੇਖਣ ਨੂੰ ਮਿਲੇਗਾ ਉੱਪਰ ਜਾਣ ਦੀ ਹਜੇ ਕੋਈ ਇਜਾਜ਼ਤ ਨਹੀਂ ਦਿੱਤੀ ਗਈ ਹੈ ਕੰਮ ਪੂਰੀ ਤਸੱਲੀ ਦੇ ਨਾਲ ਤੇ ਪੂਰੇ ਜਜ਼ਬੇ ਦੇ ਨਾਲ ਇੱਥੇ ਸੰਗਤਾਂ ਦੇ ਸਹਿਯੋਗ ਦੇ ਨਾਲ ਚੱਲ ਰਿਹਾ ਹੈ ਸੋ ਦੋਸਤੋ ਮੇਰੇ ਖਿਆਲ 'ਚ ਜਦੋਂ ਦਾ ਇਸ ਦਾ ਕੰਮ ਸ਼ੁਰੂ ਹੋਇਆ ਹੈ ਇਹ ਪਹਿਲੀ ਵੀਡੀਓ ਹੀ ਹੋਵੇਗੀ ਜੋ ਸੋਸ਼ਲ ਮੀਡੀਆ ਦੇ ਉੱਪਰ ਜਾਵੇਗੀ ਸੋ ਤੁਹਾਡਾ ਫਰਜ਼ ਹੈ ਕਿ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਤੇ ਸਾਡੇ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਦੇਣਾ ਅਸੀਂ ਹੋਰ ਇਹੋ ਜਿਹੇ ਕਾਫੀ ਵੀਡੀਓ ਲੈ ਕੇ ਤੁਹਾਡੇ ਸਾਹਮਣੇ ਪੇਸ਼ ਹੁੰਦੇ ਰਹਾਂਗੇ ਧੰਨਵਾਦ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ